ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਨੂਰਪੁਰ ਪਿੰਡ ਵਿੱਚ ਪ੍ਰਸਿੱਧ ਸੰਗੀਤਕਾਰਾਂ ਸਰਦਾਰ ਮੁਹੰਮਦ ਤੇ ਗੁਲਜ਼ਾਰ ਮੁਹੰਮਦੀ ਵਰਸੀ ਮੌਕੇ ਇੱਕ ਸ਼ਾਨਦਾਰ ਸੰਗੀਤ ਸਮਾਗਮ ਕਰਵਾਇਆ ਗਿਆ। ਮੁੱਖ ਮੰਤਰੀ ਦੇ ਸਲਾਹਕਰ ਡਾਕਟਰ ਦਲਜੀਤ ਸਿੰਘ ਚੀਮਾ, ਹਲਕਾ ਵਿਧਾਨਕਾਰ ਚੌਦੀ ਮੋਹਨ ਲਾਲ ਤੇ ਜਰਨਦਰ ਰੇਂਦੇ ਡੀਏ ਜੁਨੇਂਦਰ ਪਾਲ ਸਿੰਘ ਅਤੇ ਮੁੱਖ ਪਾਰਲੀਮੈਂਟਿਸਟ ਚੌਦੀ ਨਾਨਦ ਲਾਲ ਨੇ ਇਸ ਮੌਕੇ ਵਿਜੂਟੇ ਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਬੋਲਦੇ ਡਾਕਟਰ ਚੀਮਾ ਨੇ ਯਾਦਗਾਰੀ ਟਰਸਟ ਦੇ ਪ੍ਰਧਾਨ ਬੂਟਾ ਮੁਹੰਮਦ ਨੂੰ ਵਿਛੜੇ ਸੰਗੀਤਕਾਰਾਂ ਦੀ ਯਾਦ ਵਿੱਚ ਅਜਿਹਾ ਸ਼ਾਨਦਾਰ ਸੰਗੀਤ ਸਮਾਗਮ ਕਰਵਾਉਣ ਤੇ ਮੁਬਾਰਕਵਾਦ ਦਿੱ ਦੇ ਸਮਾਜ ਦਾ ਇੱਕ ਅਨਿਖਣਵਾ ਅੰਗ ਨੇ ਕਿਉਂ ਜੋ ਅਜਿਹੇ ਮੇਲਿਆਂ ਵਿੱਚ ਸਭ ਤਰ੍ਹਾਂ ਦੇ ਵਰਗਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਇਕੱਠੇ ਹੋ ਕੇ ਖੁਸ਼ੀਆਂ ਸਾਂਝੀਆਂ ਕਰਦੇ ਨੇ ਡੀਆਈਜੀ ਨੁਰਿੰਦਰਪਾਲ ਸਿੰਘ ਨੇ ਕਿਹਾ ਕਿ ਅਜਿਹੇ ਮੇਲਿਆਂ ਨਾਲ ਇੱਕ ਸਾਫ਼ ਸੁਥਰੇ ਸਮਾਜ ਦੀ ਸਿਰਜਣਾ ਵਿੱਚ ਵੀ ਬਹੁਮੁੱਲੀ ਸਹਾਇਤਾ ਮਿਲਦੀ ਹੈ ਇਸ ਮੌਕੇ ਪੰਜਾਬ ਦੇ ਉੱਗੇ ਕਲਾਕਾਰਾਂ ਤੇ ਗਾਇਕਾਂ ਨੇ ਆਪਣੀ ਕਲਾ ਨਾਲ ਸਰੋਤਿਆਂ ਨੂੰ ਨੇ ਹਲ ਕੀਤਾ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਐਮ ਐ ਫਾਰੂਕੀ ਵੀ ਇਸ ਮੇਲੇ ਵਿੱਚ ਸ਼ਾਮਲ ਹੋਏ